ਹਾਂ ਲਾਲਾ ਜੀ ਇਸ ਬੰਦੇ ਦੀਆਂ ਗੱਡੀਆਂ ਚੱਲਣੀਆਂ ਪਈਆਂ ਨੇ ਜੀ ਮੁੱਛਾ ਵਿਆਹ ਚ ਮਰਿਆ ਨਾ ਲੈ ਇਹ ਜੀ ਮੁੱਛਾ ਵਿਆਹ ਚ ਮਰਿਆ ਲੈ ਜਹਾਜ਼ ਇਹ ਚੱਲਣੇ ਪਏ ਲੋ ਹਾਂ ਅੱਲਾ ਮੇਰੇ ਦੀ ਸ਼ਾਨ ਜੀ ਸੁਭਾਨ ਅੱਲਾ ਇਹਦਾ ਸੁਣ ਮਾ ਕਿਨ ਖਾਬ ਆਸੀ ਬੈਠੇ ਕੋਲ ਡੱਬਾ ਖੜਾ ਵੇ ਬਾਏ ਥੀ ਮੈਂ ਖਾਬ ਦੀ ਗੱਲ ਨਹੀਂ ਉਸ ਜਾ ਹੀ ਲੱਭਣੀ ਨਾ ਬਈ ਤਾਂ ਛਾਂ ਇਹ ਕੋ ਨਾ ਨਾ ਤੇ ਉਹ ਗਛਾਂ ਤੇ ਬਾਂਧੇ ਛਾਂ ਤੇ ਬਾਂਧੇ ਤੇ ਧੋਪੀ ਝਲੀਂਦੇ ਨੇ ਬੜੀ ਚੀਜ਼ ਏ ਮੋਰੀਆਂ ਦੀ ਲੋੜੀ ਕਾਂ ਦੀ ਪਤਲਾ ਕੱਪੜਾ ਲਾਇਆ ਹੋਇਆ ਇਸੇ ਬਾਰੂ ਅਸਲਾਮ ਅਲੈਕੁਮ ਕੀ ਹਾਲ ਹੈ ਠੀਕ ਹੋ ਤਬੀਅਤ ਸਿਹਤ ਠੀਕ ਹੈ ਮੈਂ ਹਾਂ ਮੁਹੰਮਦ ਫਾਰੂਕ ਅਨਫਾਲ ਤੇ ਤੁਸੀਂ ਅਜੇ ਦੇ ਪਏ ਯੂਟਿਊਬ ਚੈਨਲ ਅਨਫਾਲ ਵਲੌਗਸ ਥੰਬਨੇਲ ਸਾਡੇ ਇੱਥੇ ਨਾਈਆਂ ਦਾ ਖਤਨਾ ਦਾ ਬਿਲਕੁਲ ਭਾਈ ਜਾਨ ਇੱਥੇ ਨਾਈ ਬਰਾਦਰੀ ਹੈ ਮਾਸ਼ਾ ਅੱਲਾ ਸਾਰਿਆਂ ਨਾਲ ਬਹੁਤ ਅੱਛੇ ਤਲੁਕਾਤ ਇੰਨੀ ਦੋਸਤੀ ਨੇ ਵੈਸੇ ਥੰਬਨੇਲ ਲਾਇਆ ਸ਼ੂ ਗੱਲ ਤੋਂ ਕਹਿਣ ਨੀਚਾ ਦਿਖਾਉਣ ਮਕਸਦ ਨਹੀਂ ਲੋਕ ਤਾਂ ਹੈ ਨਾ ਭਾਈ ਨਾਈ ਅਤੇ ਕੁੰਭਾਰ ਅਤੇ ਲੁਹਾਰ ਅਤੇ ਮਾਛੀ ਦੇ ਕਮੀ ਕੌਮ ਹਨ ਤਾਂ ਨਹੀਂ ਭਾਈ ਜਾਨ ਸਾਰੇ ਮੁਸਲਮਾਨ ਬਰਾਬਰ ਹਨ ਅਗਰ ਕਹਿਣ ਦੇ ਉੱਤੇ ਕੋਈ ਫੋਕੀਅਤ ਹੈ ਤਾਂ ਉਹ ਸਿਰਫ ਔਰ ਸਿਰਫ ਤਕਵੇ ਦੀ ਬੇਸ ਰਹੇ ਕਿਉਂਕਿ ਕੁਰਾਨ ਆਖੇਗੇ ਸਿਰਫ ਤਕਵਾ ਮਿਆਰ ਕਹਿਣ ਦੀ ਫੋਕੀਅਤ ਦਾ ਕਹਿਣ ਦੀ ਬੜੋਤਰੀ ਦਾ ਕਹਿਣ ਦੀ ਬੜਾਈ ਦਾ ਠੀਕ ਹੈ ਇਸ ਵਾਸਤੇ ਸਾਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਸਾਰੇ ਮੁਸਲਮਾਨ ਅਤੇ ਅੱਜ ਉਹਨਾਂ ਦੇ ਬੇਟੇ ਦਾ ਖਤਨਾ ਆਈ ਅਤੇ ਅਕੀਕਾ ਵੀ ਆਈ ਤਾਂ ਉਹਨਾਂ ਸਾਨੂੰ ਦਾਵਤ ਦਿੱਤੀ ਹੈ ਉੱਥੇ ਰਹਿੰਦੇ ਤੁਹਾਨੂੰ ਮਾਹੌਲ ਸ਼ੁਭਲ ਲਿਖੇ ਨੇ ਇਨਸ਼ਾਅੱਲਾ ਸਾਰਾ ਇਹ ਬਾਈ ਜਾਨ ਛੋਲੇ ਦੀ ਫਸਲ ਪਈ ਵੇ ਮਾਸ਼ਾ ਅੱਲਾ ਫੁੱਲ ਰੂਜ ਤੇ ਹੈ ਪਈ ਇਹ ਦੇਖੋ ਪੱਟੀ ਹੈ ਅਤੇ ਇਸਦੇ ਸਿਰਫ ਮਹੀਨਾ ਰਹੇਗੇ ਬਸ ਹੁਣ ਡੰਡੇ ਭਰੀ ਵੈਸਨ ਜਿਹੜਾ ਸਾਧਨ ਵਗੈਰਾ ਪੱਕਦਾ ਜਾਵੇ ਖਵੀਦਾ ਕੱਚਾ ਉੱਥੋਂ ਬਾਅਦ ਇਹ ਪੱਕ ਵੈਸੇ ਦੇ ਤਿਆਰ ਹਾਲ ਹੈ ਇਹ ਬਿਆ ਦੋਸਤ ਹੈ ਇਹ ਜੁਡਾ ਹੀ ਮੈਂ ਵੀ ਹੈ ਅਤੇ ਤੁਸੀਂ ਅੱਜ ਦੀ ਵੀਡੀਓ ਸ਼ੁਰੂ ਕਰਨ ਪਹਿਲੇ ਯਾਨੀ ਕਿ ਉੱਥੇ ਪਹੁੰਚਣ ਤੋਂ ਪਹਿਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਰ ਸਬਸਕ੍ਰਾਈਬ ਕੀਤਾ ਹੋਇਆ ਤਾਂ ਬਾਅਦ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਅਤੇ ਇਨਸ਼ਾਅੱਲਾ ਉੱਥਾਂ ਹੀ ਪਹੁੰਚਦੇ ਹੁਣ ਤੁਹਾਨੂੰ ਲਿਖਿਆ ਨੇ ਹੁਣ ਅਸਾਂ ਉਹਨਾਂ ਦੇ ਘਰ ਪਹੁੰਚ ਗਏ ਹਾਂ ਅਤੇ ਤੁਹਾਨੂੰ ਅੱਗੇ ਦਾ ਲਿਖਿਆ ਨੇ ਮਾਹੌਲ ਫਾਈਨਲੀ ਅਸਾਂ ਹੁਣ ਇੱਥੇ ਪਹੁੰਚ ਤਾਂ ਚੁੱਕੇ ਹਾਂ ਯਾਰ ਲੇਕਿਨ ਤੁਹਾਨੂੰ ਮੈਂ ਪਹਿਲੇ ਵਜੇ ਦੱਸਾਂ ਕਿ ਇਹਨਾਂ ਦਾ ਖਤਨਾ ਜਿਹੜਾ ਆਈ ਬੱਚੇ ਦਾ ਉਹ ਕਨੋਖਾ ਥੀ ਗਏ ਅਤੇ ਇਨਵੀਟੇਸ਼ਨ ਅੱਜ ਦੀ ਗਏ ਵੈਸੇ ਵੀ ਮੈਂ ਖਤਨਾ ਦਿਖਾਉਣਾ ਤਾਂ ਕੌਣ ਹੈ ਕਿਉਂਕਿ ਜਿਹੜੀ ਵੀਡੀਓ ਵਿੱਚ ਚੀਖ ਹੋਵੇ ਚੀਖੋ ਪੁਕਾਰ ਜਾਂ ਖੂਨ ਵਗੈਰਾ ਹੋਵੇ ਤਾਂ ਉਹ ਵੀਡੀਓ ਰਿਸਟ੍ਰਿਕਟ ਕਰ ਲੈਣ ਤਾਂ ਇਸ ਵਾਸਤੇ ਦਿਖਾ ਤਾਂ ਵੈਸੇ ਕੌਣ ਸੰਗਵਾ ਲੈਣ ਪਰੇ ਉਹਦਾ ਸ਼ੁਗਲ ਮੇਲਾ ਮਾਹੌਲ ਦਿਖਾਉਣਾ ਖਤਨਾ ਕਨੋਖਾ ਹੋਗੀ ਲੇਕਿਨ ਤੁਸੀਂ ਵੀਡੀਓ ਨਾ ਛੋੜੋ ਤੁਹਾਨੂੰ ਇਨਸ਼ਾਅੱਲਾ ਬਿਆ ਮਜ਼ੇਦਾਰ ਮਾਹੌਲ ਲਿਖਿਆ ਨੇ ਇੱਥੋਂ ਦਾ ਅਜੇ ਮੈਂ ਯਾਰ ਸਾਰਿਆਂ ਤੋਂ ਪਹਿਲੇ ਇੱਥੇ ਤਾਂ ਆ ਗਈਆਂ ਇਹ ਥੋੜ੍ਹੇ ਇੱਕ ਬੰਦੇ ਆਏ ਬੈਠੇ ਨੇ ਅਜੇ ਤਾਂ ਮੈਂ ਅੱਜ ਤੁਹਾਨੂੰ ਦਿਖਾਇਆ ਸੀ ਜ਼ਿਆਦਾ ਮਾਹੌਲ ਖਤਨਾ ਵਗੈਰਾ ਅਤੇ ਜਿਹੜਾ ਵੇਲਾ ਸ਼ੇਲਾ ਸਿਸਟਮ ਲੇਕਿਨ ਉਹ ਤਾਂ ਕੰਮ ਕਨੋਖਾ ਹੋ ਗਿਆ ਹੁਣ ਮੈਂ ਇੱਥੇ ਬੋਲ ਨਹੀਂ ਲੱਗ ਪਈਆਂ ਯਾਰ ਅਜੇ ਤੱਕ ਇਤਨੇ ਜ਼ਿਆਦਾ ਬੰਦੇ ਕੌਣ ਹੀ ਆਏ ਬਾਅਦ ਆਉਂਦੇ ਨੇ ਇਨਸ਼ਾਅੱਲਾ ਤੁਹਾਨੂੰ ਪ੍ਰੋਪਰ ਮਾਹੌਲ ਲਿਖਿਆ ਨੇ ਠੀਕ ਹੈ ਨਾ ਵੀਡੀਓ ਵੱਲ ਜੁੜੇ ਲਓ ਚੈਨਲ ਨੂੰ ਸਬਸਕ੍ਰਾਈਬ ਹੁਣ ਮਾਸ਼ਾ ਅੱਲਾ ਬੰਦੇ ਆਉਂਦੇ ਪਏ ਨੇ ਕਾਫੀ ਜਗ੍ਹਾ ਅਜੇ ਵੀ ਕੁਝ ਟਾਈਮ ਨਾ ਖਾਲੀ ਪਈਆਂ ਲੱਗੇ ਨੇ ਇਨਸ਼ਾਅੱਲਾ ਬਾਅਦ ਆ ਵੈਸੇ ਪੂਰੇ ਅਤੇ ਰੋਟੀ ਹੁਣ ਖੁੱਲ੍ਹ ਵੈਸੇ ਤੇ ਬਾਅਦ ਤੁਹਾਨੂੰ ਵੀ ਮਾਹੌਲ ਲਿਖਿਆ ਨੇ ਸਾ ਜ਼ਹੀਰ ਆ ਗਏ ਜਿਹੜੀ ਸਨ ਬੋਰਿੰਗ ਫੀਲ ਥੀਂਦੀ ਪਈ ਹੈ ਇਨਸ਼ਾਅੱਲਾ ਉਹ ਦੂਰ ਹੋਵੇ ਕਿਉਂਕਿ ਇਹ ਅਲਹਮਦੁਲਿਲਾ ਬਹੁਤ ਵੱਡੇ ਕਮੇਡੀਅਨ ਮੇਨ ਪੈ ਕਹਿ ਮਹਿਫਿਲ ਜੋ ਹੈ ਚਾਰ ਚੰਦ ਲੱਗ ਗਏ ਹੁਣ ਇਨਸ਼ਾਅੱਲਾ ਬਹੁਤ ਮਜ਼ਾ ਆ ਸੀ ਲੇਕਿਨ ਇਹਨਾਂ ਦੀ ਕਮੇਡੀ ਜਿਹੜੀ ਹੁੰਦੀ ਹੈ ਉਹ ਥੋੜ੍ਹੀ ਮੋਰਲ ਹੁੰਦੀ ਹੈ ਕਿਉਂਕਿ ਇਹ ਤਾਂ ਹਰ ਕਿਸਮ ਦੇ ਲੋਕ ਜਿਹੜੇ ਥੋੜ੍ਹੀ ਬਹੁਤ ਟਾਈਪ ਦੀ ਕਮੇਡੀ ਹੁੰਦੀ ਹੈ ਇਸ ਵਾਸਤੇ
ਅਸਾਂ ਇੰਜੋਏ ਕਰੀ ਨੇ ਯਾਰ ਗੱਲੂ ਆ ਦੇ ਫੋਨ ਦੀ ਕਰ ਤੁਰੀ ਬੜੀ ਬਾਤ ਓਏ ਗੱਲ ਦੇਤ ਕਰੀਂਦਾ ਆਵਾਜ਼ ਹੀ ਨਾ ਤੇ ਉਹ ਕਾਲ ਕਿਤੋ ਇਹ ਦੱਸ ਪਤਾ ਹੈ ਜਮੀਨੇ ਦੇ ਤਾਂ ਤੋਕ ਚਵਾ ਦੇ ਬੜਾ ਮੈਂ ਸ਼ਾਦੀ ਆ ਵੱਲਾ ਹੁਣ ਆਂਦਾ ਮੈਂ ਪੁੱਛਦਾ ਰੀਆਂ ਬਈ ਸਹੀ ਦੇਗਾ ਅਗਰ ਰਖਵਾਂਗਾ ਸ਼ਾਦੀ ਵਾਲਾ ਤੂੰ ਇੱਧਰ ਬੈਠਾ ਹੈ ਮਾਮਾ ਸ਼ਬਦ ਮੈਂ ਨਹੀਂ ਪਤੀ ਕੀ ਮਹੀਨੇ ਦੇ ਦਾ ਵਾਦਾ ਕੀ ਇਹ ਸਾਕਾ ਹੀ ਨਹੀਂ ਨਾ ਤੇ ਤੋ ਅੱਲਾ ਸਾਨਾ ਉਹ ਨਾਸਰਾ ਨਾਸਰਾ ਅੱਲਾ ਸਾਨਾ ਮਨੇ ਸੇ ਮੈਂ ਇੱਥੇ ਆਵਾਂ ਨਾ ਮੈਂ ਪਰ ਖਿਲਾ ਖਿਲਾ زور ہی تھے وہ بندے آئے ٹیبل بھرایا فاروق ہاں لالا دیس بندے دیا گڈیاں چلنیاں پیاں جی موچھا دیات مرے نہ دے یہ جو موچھا دیات مرے جہاد ہی چلنے پیاں ہاں اللہ میرے دی شان دی سبحان اللہ ویندا دکھائیں او ویندا دکھائیں تو نہیں تو سنا کھانا وغیرہ ہوں اصل کھا کے دیکھو سارے بندے باہر آتے پین شادی شو ختم تھی گیا گھر دل میں دوہا بس کھگلا ڈھکا ہوا راہی پہ پہلے چلتا ہوں ختم ہو ادھر دیکھو پہلے تو ٹریکٹر وغیرہ گزرتے ہیں لیکن بندے سینس کون یار انہوں دوہا پاس دیکھو کھگل لا دیتے ہیں یعنی کہ ایک راہ بند کرنے کا طریقہ بس ہوں تو صرف بندے لنگ سکتے ہیں موٹر سائیکل وغیرہ اتو دیکھو کھگل تو تلو گئے راہ پی تھوڑا تھوڑا پگ ڈنڈی ہے تنگ آ پر وہ بھی آ رہا پی وہ موٹر سائیکل وہ پی شیطان لائی رانجو والے کام جاپ کی ماشاء اللہ ماشاء اللہ اکی بات گئی آئی بڑا نور پورا لے نہیں چھولے پہلے مال نو کپ کپ کھوائے نہ بل ڈھیر بات گئے اخیر پوئیوں نہیں ماوے نال بھاجی گئے بس بارش
ਸੰਗੇ ਬੱਧਾ ਰੇ ਭਾਗ ਦੇ ਦੇ ਜੁੜੋ ਤਾਂ ਉਸ ਨੂੰ ਬਤਰੇ ਕੇ ਨਾਲ ਸਾਡੇ ਟਿਕਰੇ ਅੱਗੇ ਛੇ ਨਾ ਬਰੂਦ ਹੈ ਕੋ ਆ ਬੜਾ ਕੋ ਵੈਨੀ ਅਸ ਲਾਈ ਤਾਂ ਆਪਾਂ ਭਾਈ ਨਾਲ ਇਸ ਕੋ ਕੋਈ ਵੈਂ ਤਾਂ ਪਾਣੀ ਜਿਵੇਂ ਕਿਵੇਂ ਹੈ ਨਾਲ ਲਈ ਜੇ ਮੈਂ ਉਹਨਾਂ ਨੂੰ ਲਾ ਦੇਖਾਂ ਹਾਂ ਨਾਲ ਲਈ ਪਾਣੀ ਨਹੀਂ ਹੈ ਤੇ ਵੈਂ ਤੇ ਇਹ ਕੀ ਮੁੱਲ ਦਾ ਡੰਗਾ ਖੜਾ ਹੈ ਕਿਹੜਾ ਇਹ ਇਹ ਮਾਲ ਤੇ ਦਾ ਬੂਟਾ ਮਾਲ ਇਹ ਲੋੜਾ ਦੇਸੀ ਨਾ ਪਤਾ ਹੈ ਮਾਤਾ ਆਪ ਆਓ 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 ਵਾਹ ਵਾਹ ਕਿਤਨੇ ਲੱਕੜ ਲਾ ਦਿੱਤਾ ਪੀਲਾ ਅੰਬਰੋਆ ਚੱਲ ਸ਼ਾਬਾਸ਼ ਉਹ ਦੇਖ ਕਿਥੇ ਲਾ ਦੂਗਾ उम्मीद है थोन सा आज की वीडियो पसंद आई। अगर वीडियो पसंद आई चैनल सब्सक्राइब करो, वीडियो लाइक करो। इंशाल्लाह मिलते हैं नई वीडियो में, तब तक के लिए अल्लाह हाफिज़।